ਬੰਬੀਹਾ ਪਿਉਂ ਪਿਉਂ ਕਰਦਾ ਹੈ। ਸੱਪ ਜਿਹੜੇ ਉਹ ਡੰਗ ਮਾਰਦੇ ਨੇ ਪਤੀ ਰੂਪੀ ਪਪੀਹਾ। ਸੱਪ ਡੰਗ ਮਾਰਦੇ ਨੇ ਅੱਗੇ ਮੱਛਰ ਡੰਗ ਸਾਇਰ ਪਰ ਸੋ ਪਰ ਬਿਨ ਹਰ ਕਿਉਂ ਸੁਖ ਪਾਈਐ। ਬਿਨਾਂ ਆਪਣੇ ਪਿਆਰੇ ਤੋਂ ਪਿਆਰੇ ਦੇ ਨਾਲ ਸੁਖ ਹੈ। ਭਾਵੇਂ ਸੱਪ ਪੈ ਡੰਗ ਮਾਰਦੇ ਆ, ਕੋਈ ਜੀਵਨ ਦੇ ਸੁੱਖ ਦਾ ਸਾਧਨ ਨਹੀਂ। ਉਹਨਾਂ ਆਖਿਆ ਜੇ ਗੁਰੂ ਇਹ ਤਾਂ ਸਭ ਕੁਝ, ਆਨੰਦ ਕਾਹਦੇ ਨਾਲ ਏ? ਜੇ ਲਵਾਂਗੇ ਤਾਂ ਮਹਾਂ ਸੰਪਟ ਪਾਠ ਨਾਲ ਆਨੰਦ ਏ। ਜਦੋਂ ਆਵਾਜ਼ ਆਉਂਦੀ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਪ ਆਲ ਸੱਚ ਜੁਗਾਲ ਸੱਚ ਹੈਪੀ ਸੱਚ ਨਾਨਕ ਗੋਵਿੰਦੇ ਮਕੰਦੇ ਉਧਾਰੇ ਅਪਾਰੇ ਹਰਿੰ ਕਰਿੰ ਨਿਰਨਾਮੀ ਵੈਦਾ ਸੰਧਾ ਸੰਗ ਇਕੱਠਾ ਹੋਇਆ ਔਖ ਦੇ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਨਾ ਕਰਮ ਸੋ ਕਰਮ ਹੋਏ ਪਸਰਿਆ ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ। ਇਹ ਸ਼ਾਦੀ ਦੇ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਾਲੀ ਉਹ ਅੱਗੋਂ ਆਪਣੇ ਬੋਲ ਬੋਲਦੀ ਏ ਅਤੇ ਧੰਨ ਗੁਰੂ ਅਰਜਨ ਦੇਵ ਜੀ ਉਹਨੂੰ ਗੁਰਬਾਣੀ ਦਾ ਹਰ ਹਾਂ ਨੂੰ ਗੁਰਬਾਣੀ ਦਾ ਗਿਆਨ ਦੇ ਰਹੇ ਨੇ ਕਿ ਸਾਡੇ ਜਿਹੜੇ ਪਾਪ ਨੇ ਹਰਾਮ ਉਹ ਜਦੋਂ ਗੁਰੂ ਮਿਹਰ ਕਰੇਗਾ ਸਾਰੇ ਸਾਧਨ ਬਣ ਜਾਣਗੇ। ਜਿਹੜੀ ਸਾਨੂੰ ਬਿਮਾਰੀ ਹੈ, ਸਾਨੂੰ ਦੁੱਖ ਤਕਲੀਫ ਹੈ, ਪਰਮਾਤਮਾ ਪੁਕਾਰ ਸੁਣੇਗਾ, ਸਾਰੇ ਤਰ੍ਹਾਂ ਦੇ ਡਾਕਟਰ ਆ ਜਾਣਗੇ ਅਤੇ ਸਾਰੀਆਂ ਦਵਾਈਆਂ ਮਾਫ ਹੋਣਗੀਆਂ। ਜਿਹੜੇ ਸਾਡੇ ਕਰਮ ਨੇ ਉਹ ਸ਼ੁਭ ਕਰਮ ਬਣ ਜਾਣਗੇ ਅਤੇ ਹਰਾਂ ਜਿਹੜੇ ਦੁੱਖ ਰੋਗ ਪਾਪ ਨੇ ਉਹ ਸਾਰੇ ਖਤਮ ਹੋ ਜਾਣਗੇ। ਗੁਰੂ ਸਾਹਿਬ ਨੇ ਆਪਣੀ ਸਾਲੀ ਨੂੰ ਸਾਹਮਣੇ ਬਿਠਾ ਕੇ ਇਹ ਸ਼ਬਦ ਗੁਰਬਾਣੀ ਦੇ ਉਚਾਰੇ ਨੇ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਬਾ ਦੋਹ ਪੁਰਖ ਵਧਾਤੇ ਤਾਂ ਤੂੰ ਸੋਹਿਆ ਵਸਦੀ ਸਗਣੇ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਜਾਈਏ ਨਾਈਏ ਰਾਮਦਾਸ ਸਰ। ਸਾਰਿਆਂ ਘਰਾਂ ਤੋਂ ਗੁਰੂ ਰਾਮਦਾਸ ਦਾ ਘਰ ਹਰਾਂ ਬੜਾ ਸੋਹਣਾ ਹੈ। ਸਾਰੇ ਸਥਾਮ ਡਿੱਠੇ ਨੇ ਪਰ ਤੇ ਇਸ ਗੁਰੂ ਰਾਮਦਾਸ ਦੇ ਸਥਾਨ ਵਰਗਾ ਹਰਾਂ ਕੋਈ ਨਹੀਂ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਬਾ ਦੋਹ ਪੁਰਖ ਵਿਧਾਤੇ ਤਾਂ ਤੂੰ ਸੋਇਆ ਇੱਥੇ ਪਰਮਾਤਮਾ ਪੁਰਖ ਦਾਤਾ ਵੰਡਣ ਵਾਲਾ ਖੁਸ਼ ਹੋ ਕੇ ਦਿਆਲ ਹੋ ਕੇ ਬੈਠਾ। ਅੱਜ ਦੁਨੀਆ ਦਾ ਹਰ ਮੰਦਰ ਹਰ ਚਰਚ ਮੱਕੇ ਦੇ ਵਿੱਚ ਵੀ ਸਭ ਥਾਵਾਂ 'ਤੇ ਬੜੀਆਂ ਮੁਸ਼ਕਲਾਂ ਨੇ, ਬੜੀਆਂ ਪਾਬੰਦੀਆਂ ਨੇ, ਪਰ ਗੁਰੂ ਰਾਮਦਾਸ ਦੇ ਦਰਬਾਰ ਅੱਜ ਫਿਰ ਰੌਣਕਾਂ ਲੱਗ ਗਈਆਂ ਨੇ ਮੁੜ ਤੋਂ। ਫਿਰ ਸੰਗਤਾਂ ਦੀ ਗਹਿਮਾ ਗਹਿਮ ਸ਼ੁਰੂ ਹੋ ਗਈ ਹੈ, ਦੁਨੀਆ ਨੂੰ ਦੁੱਖ ਰੋਗ ਭੁੱਲ ਗਏ ਆ। ਆਪਾਂ ਗੁਰੂ ਸਾਹਿਬ ਦੇ ਹਰ ਸਾਲ ਦੀ ਤਰ੍ਹਾਂ ਹਜ਼ੂਰ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਆਏ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਪਣੀ ਪੂਰਬਲੀ ਜਿਹੜੀ ਤਪ ਸਥਾਨ 'ਤੇ ਆਏ ਸੀ ਅਤੇ ਇੱਧਰ ਉੱਧਰ ਬਹੁਤ ਥਾਵਾਂ 'ਤੇ ਮਹਾਰਾਜ ਨੇ ਦਾਤਾਂ ਵੰਡੀਆਂ ਸੀ। ਕਹਿੰਦੇ ਸੀ ਦੂਰ ਦੂਰ ਤੱਕ ਇਹ ਧਰਤੀ ਸਾਡੀ ਅਤੇ ਅੱਜ ਆਪਾਂ ਵੀ ਗੁਰੂਆਂ ਦੀ ਯਾਦ ਦੇ ਵਿੱਚ ਆਏ ਹਾਂ। ਜਿੱਥੇ ਵੀ ਬੈਠੀਏ ਸਮਝੋ ਇਹੋ ਜਿਹੇ ਸੁੱਖ ਹੈ ਹੀ ਨਹੀਂ, ਕਿਤੇ ਇਹੋ ਜਿਹੇ ਆਨੰਦ ਹੈ ਨਹੀਂ। ਗੁਰੂ ਸਾਹਿਬ ਹਰ ਹਾਂ ਨੂੰ ਕਹਿ ਰਹੇ ਨੇ ਵਸਦੀ ਸਗਣ ਅਪਾਰ ਅਨੂਪ ਰਾਮਦਾਸਪੁਰ। ਗੁਰੂ ਰਾਮਦਾਸ ਦੀ ਨਗਰੀ ਬੜੀ ਸੁੱਖਾਂ ਦੇ ਵਿੱਚ ਵਸਦੀ,
ਇਹ ਹਰਹਾਂ ਨਾਨਕ ਕਸਮਲ ਜਾਏ ਨਾਈਏ ਰਾਮਦਾਸ ਹਰ ਉੱਥੇ ਜਾ ਇਸ਼ਨਾਨ ਕਰ ਚੁਬੀ ਲਾ ਤੇਰੇ ਪਾਪ ਹੀ ਉੱਤਰ ਜਾਣਗੇ ਆਖੋ ਸੀ ਗੁਰੂ ਰਾਮਦਾਸ ਜੀ ਦਾ ਦਰਬਾਰ ਉਹਦੇ ਵਰਗਾ ਕੋਈ ਨਹੀਂ ਆਪਣੀ ਸਾਲੀ ਨੂੰ ਉਪਦੇਸ਼ ਦੇ ਰਹੇ ਨੇ ਹਰਹਾਂ ਨੂੰ ਆਪ ਅਕਾਲ ਪੁਰਖ ਹਾਜ਼ਰ ਨਾਜ਼ਰ ਪ੍ਰਤੱਖ ਬੈਠਾ ਏ ਬੜੇ ਸੁੱਖਾਂ ਦੇ ਵਿੱਚ ਵਸਦੀ ਹੋਈ ਗੁਰੂ ਰਾਮਦਾਸ ਦੀ ਮੇਰੇ ਗੁਰੂ ਰਾਮਦਾਸ ਦੀ ਨਗਰੀ ਏ ਜਾ ਉੱਥੇ ਭੋੜੀਏ ਜਾ ਕੇ ਇਸ਼ਨਾਨ ਕਰ ਗੁਰੂ ਦਾ ਨਾਮ ਜਪ ਤੇਰੇ ਸਾਰੇ ਦੁੱਖ ਮਿਟ ਜਾਣਗੇ ਤੇਰੇ ਸਾਰੇ ਝੰਬੇਲੇ ਤੇਰੇ ਪਾਪ ਗੁਣਾਹ ਖਤਮ ਹੋ ਜਾਣਗੇ ਹਰ ਹਾਂ ਨਾਨਕ ਕਸਮਲ ਜਾਏ ਨਾਈਏ ਰਾਮਦਾਸ ਸਰ ਅੱਜ ਸੁੱਖ ਕਾਹਦੇ ਨਾਲ ਏ ਬੇਸ਼ੱਕ ਜੰਗਲ ਏ ਕੋਈ ਰਸਤੇ ਇੰਨੇ ਵਧੀਆ ਨਹੀਂ ਪਰ ਗੁਰੂ ਚੇਤੇ ਆਉਂਦਾ ਗੁਰਬਾਣੀ ਦੇ ਪ੍ਰਵਾਹ ਚੱਲਦੇ ਆ ਸੇਵਾ ਸਿਮਰਨ ਦੇ ਪ੍ਰਵਾਹ ਚੱਲ ਰਹੇ ਨੇ